ਜਦੋਂ ਆਪਾਂ ਗੱਲ ਕਰਦੇ ਹਾਂ ਗਲੀ ਕ੍ਰਿਕਟ ਟੂਰਨਾਮੈਂਟ ਦੀ ਉਹ ਸਿੱਧਾ ਪ੍ਰਭਾਵ ਜਾਂਦਾ ਵੀ ਜਿਵੇਂ ਤੁਸੀਂ ਗਲੀਆਂ 'ਚ ਟੂਰਨਾਮੈਂਟ ਕਰਾਉਣੇ ਐਕਚੁਅਲੀ ਕਨਸੈਪਟ ਕੀ ਹੈ ਜਿਹੜੇ ਬੱਚਿਆਂ ਦੇ ਸਕਿੱਲ ਹੈਗੇ ਆ ਜਿਵੇਂ ਕ੍ਰਿਕਟ ਦੇ ਵਿੱਚ ਬਹੁਤ ਅੱਛੇ ਸਕਿੱਲ ਹੈ ਕਈ ਪਰ ਜਿਨ੍ਹਾਂ ਨੂੰ ਟ੍ਰੇਨਿੰਗ ਨਹੀਂ ਮਿਲਦੀ ਜਾਂ ਕੁਛ ਨਹੀਂ ਮਿਲਦੀ ਉਹ ਕੀ ਹੁੰਦਾ ਉਹ ਨਸ਼ਿਆਂ ਵਾਲੇ ਪਾਸੇ ਚਲੇ ਜਾਂਦੇ ਜਾਂ ਅਪਰਾਧ ਵਾਲੇ ਪਾਸੇ ਚਲੇ ਜਾਂਦੇ ਅਤੇ ਉਹਨਾਂ ਦੇ ਸਕਿੱਲ ਨੂੰ ਡਿਵੈਲਪ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ BCCI ਤੱਕ ਖੜਾ ਸਕੀਏ ਚੌਦਾਂ ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਜਿਨ੍ਹਾਂ ਨੂੰ ਕ੍ਰਿਕਟ ਬਹੁਤ ਅੱਛਾ ਆਉਂਦਾ ਨੈਚੁਰਲੀ ਉਹਦੇ ਅੰਦਰ ਗੁਣ ਹੁੰਦਾ ਅਤੇ ਉਹ ਆਪਾਂ ਗੁਣ ਨੂੰ ਕਿਸੇ ਤਰੀਕੇ ਨਾਲ ਉਹਨਾਂ ਦੇ ਗੁਣ ਨੂੰ ਕੱਢ ਕੇ ਕਿਸੇ ਪਾਸੇ ਲਾ ਦਿੱਤਾ ਜਾਏ ਤਾਂ ਕਿ ਬੱਚਿਆਂ ਦਾ ਇੱਕ ਫਿਊਚਰ ਬਣ ਜਾਏ ਕਿ ਦੇਸ਼ ਵਿੱਚ ਆਪਣਾ ਨਾਮ ਵੀ ਰੋਸ਼ਨ ਕਰ ਸਕੇ ਕਰੈਕਸ਼ਨ ਫਲਿਊਡ ਜਿਹੜਾ ਹੁੰਦਾ ਨਸ਼ਾ ਲੈਂਦੇ ਹੈ ਉਹ ਲੈ ਕੇ ਅਤੇ ਇਸ ਵਿਡੋ ਦੇ ਘਰ ਵੜੇ ਸੀ ਪਹਿਲਾਂ ਲੁੱਟਿਆ ਅਤੇ ਫਿਰ ਡੈੱਡ ਬੋਡੀ ਨਾਲ ਰੇਪ ਕੀਤਾ ਭਾਵ ਇਹ ਵੀ ਤੁਸੀਂ ਇਹ ਬੁਰਾਈਆਂ ਜਿਹੜੀਆਂ ਨੇ ਉਹਨੂੰ ਖਤਮ ਕਰਕੇ ਅਤੇ ਕ੍ਰਿਕਟ ਵਾਲੇ ਪਾਸੇ ਇਹਨਾਂ ਦਾ ਧਿਆਨ ਦਿਵਾਉਣਾ ਚਾਹੁੰਦੇ ਜੇ ਚੰਡੀਗੜ੍ਹ ਦੇ ਤੁਸੀਂ 10 ਬੱਚੇ ਵੀ ਸੁਧਾਰਤੇ ਜਾਂ 20 ਸੁਧਾਰਤੇ ਜਾਂ ਥੋੜ੍ਹੀ ਜਿਹੀ ਸੁਸਾਇਟੀ ਦੇ ਇੱਕ ਕਲੋਨੀ ਦੇ ਵਿੱਚ ਇੱਕ ਥੋੜ੍ਹੇ ਜਿਹੇ ਬੱਚੇ ਸੁਧਾਰਤੇ ਤਾਂ ਸਮਝ ਲਓ ਤੁਸੀਂ ਇੱਕ ਦੇਸ਼ ਦੇ ਬਹੁਤ ਵਧੀਆ ਭਵਿੱਖ ਵਾਲੇ ਬੱਚੇ ਬਣਾਤੇ ਚੰਡੀਗੜ੍ਹ ਵਿੱਚ ਹੁਣ ਗਲੀ ਕ੍ਰਿਕਟ ਟੂਰਨਾਮੈਂਟ ਹੋਣਗੇ ਤੁਸੀਂ ਸੋਚਦੇ ਹੋਵੋਗੇ ਵੀ ਹੁਣ ਗਲੀਆਂ 'ਚ ਨਿਆਣੇ ਕ੍ਰਿਕਟ ਖੇਡਣਗੇ ਇੱਦਾਂ ਨਹੀਂ ਹੈ UT ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਨੇ ਚੰਡੀਗੜ੍ਹ ਪੁਲਿਸ ਨਾਲ ਇੱਕ ਪ੍ਰੋਜੈਕਟ ਤਿਆਰ ਕੀਤਾ ਹੈ ਪ੍ਰੋਜੈਕਟ ਬੜਾ ਖੂਬਸੂਰਤ ਹੈ ਪ੍ਰੋਜੈਕਟ ਇਹ ਹੈ ਵੀ ਚੰਡੀਗੜ੍ਹ ਦੀਆਂ ਗਲੀਆਂ ਸੈਕਟਰਾਂ ਮੁਹੱਲਿਆਂ ਪਿੰਡਾਂ ਅਤੇ ਝੁੱਗੀਆਂ ਝੌਂਪੜੀਆਂ ਕਲੋਨੀਆਂ ਵਿੱਚ ਜਿਹੜੇ ਬੱਚੇ ਸਾਡੇ ਨੇ ਜਿਹੜੇ ਭਟਕੇ ਪਏ ਨੇ ਕੋਈ ਨਸ਼ੇ ਵਾਲੇ ਪਾਸੇ ਜਾ ਰਿਹਾ ਅਤੇ ਕੋਈ ਅਪਰਾਧ ਵਾਲੇ ਪਾਸੇ ਜਾ ਰਿਹਾ ਜਾਂ ਕਿਸੇ ਹੋਰ ਬੁਰਾਈ ਵਾਲੇ ਪਾਸੇ ਜਾ ਰਿਹਾ ਉਹਨਾਂ ਦੀ ਤਾਕਤ ਜਿਹੜੀ ਹੈ ਉਹਨੂੰ ਖੇਡਾਂ ਵਾਲੇ ਪਾਸੇ ਵਰਤਿਆ ਜਾਵੇ ਅਤੇ UT ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਨੇ ਇਹ ਪ੍ਰੋਜੈਕਟ ਤਿਆਰ ਕੀਤਾ ਸੀ ਚੰਡੀਗੜ੍ਹ ਪੁਲਿਸ ਨੇ ਐਸੋਸੀਏਸ਼ਨ ਦਾ ਹੱਥ ਮਿਲਾਉਣ ਦਾ ਫੈਸਲਾ ਕੀਤਾ ਅਤੇ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਰਵਿੰਦਰ ਸਿੰਘ ਬਿੱਲਾ ਜੀ ਸਾਡੇ ਨਾਲ ਨੇ ਬਿੱਲਾ ਜੀ ਇਹ ਕੀ ਪ੍ਰੋਜੈਕਟ ਹੈ ਦੇਖੋ ਇਹਦੇ ਵਿੱਚ ਚੰਡੀਗੜ੍ਹ ਪੁਲਿਸ ਔਰ ਚੰਡੀਗੜ੍ਹ UT ਕ੍ਰਿਕਟ ਐਸੋਸੀਏਸ਼ਨ ਨੇ ਮਿਲ ਕੇ ਇਹ ਉਪਰਾਲਾ ਕੀਤਾ ਹੈ ਕਿ ਜਿਹੜੇ ਬੱਚਿਆਂ ਦੇ ਸਕਿੱਲ ਹੈਗੇ ਆ ਜਿਵੇਂ ਕ੍ਰਿਕਟ ਦੇ ਵਿੱਚ ਬਹੁਤ ਅੱਛੇ ਸਕਿੱਲ ਹੈ ਕਈ ਪਰ ਜਿਨ੍ਹਾਂ ਨੂੰ ਟ੍ਰੇਨਿੰਗ ਨਹੀਂ ਮਿਲਦੀ ਜਾਂ ਕੁਛ ਨਹੀਂ ਮਿਲਦੀ ਉਹ ਕੀ ਹੁੰਦਾ ਉਹ ਨਸ਼ਿਆਂ ਵਾਲੇ ਪਾਸੇ ਚਲੇ ਜਾਂਦੇ ਜਾਂ ਅਪਰਾਧ ਵਾਲੇ ਪਾਸੇ ਚਲੇ ਜਾਂਦੇ ਅਤੇ ਉਹਨਾਂ ਦੇ ਸਕਿੱਲ ਨੂੰ ਡਿਵੈਲਪ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ BCCI ਤੱਕ ਖੜਾ ਸਕੀਏ ਵਾਹ ਸਾਡਾ ਟਾਰਗੇਟ ਇਹ ਹੈ UTC ਕ੍ਰਿਕਟ ਐਸੋਸੀਏਸ਼ਨ ਦਾ ਸਾਡੇ ਪ੍ਰਧਾਨ ਸਾਹਿਬ ਸੰਜੇ ਟੰਡਨ ਸਾਹਿਬ ਦੀ ਬੜੀ ਅੱਛੀ ਸੋਚ ਹੈ ਕਿ ਆਪਾਂ ਕਿਉਂ ਨਾ ਗਲੀਆਂ ਮੁਹੱਲਿਆਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਹੋਣ 14 ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਜਿਨ੍ਹਾਂ ਨੂੰ ਕ੍ਰਿਕਟ ਬਹੁਤ ਅੱਛਾ ਆਉਂਦਾ ਨੈਚੁਰਲੀ ਉਹਦੇ ਅੰਦਰ ਗੁਣ ਹੁੰਦਾ ਅਤੇ ਉਹ ਆਪਾਂ ਗੁਣ ਨੂੰ ਕਿਸੇ ਤਰੀਕੇ ਨਾਲ ਉਹਨਾਂ ਦੇ ਗੁਣ ਨੂੰ ਕੱਢ ਕੇ ਕਿਸੇ ਪਾਸੇ ਲਾ ਦਿੱਤਾ ਜਾਏ ਤਾਂ ਕਿ ਬੱਚਿਆਂ ਦਾ ਇੱਕ ਫਿਊਚਰ ਬਣ ਜਾਏ ਇੱਕ ਦੇਸ਼ ਵਿੱਚ ਆਪਣਾ ਨਾਮ ਵੀ ਰੋਸ਼ਨ ਕਰ ਸਕਣ ਦੂਜਾ ਚੰਡੀਗੜ੍ਹ ਪੁਲਿਸ ਦਾ ਇਹਦੇ 'ਚ ਇਹ ਮਕਸਦ ਹੈ ਕਿ ਇਹ ਬੱਚੇ ਅਪਰਾਧ ਵਾਲੇ ਪਾਸੇ ਨਾ ਜਾਣ ਇਹ ਬੱਚੇ ਨਸ਼ਿਆਂ ਵਾਲੇ ਪਾਸੇ ਨਾ ਜਾਣ ਅਤੇ ਦੋਨਾਂ ਦਾ ਮਕਸਦ ਇੱਕੋ ਹੀ ਹੈ ਟਾਰਗੇਟ ਕਿ ਬੱਚਿਆਂ ਨੂੰ ਕਿਸੇ ਤਰੀਕੇ ਚੰਗੇ ਪਾਸੇ ਲਾਇਆ ਜਾਏ ਜਦੋਂ ਆਪਾਂ ਗੱਲ ਕਰਦੇ ਹਾਂ ਗਲੀ ਕ੍ਰਿਕਟ ਟੂਰਨਾਮੈਂਟ ਦੀ ਉਹ ਸਿੱਧਾ ਪ੍ਰਭਾਵ ਜਾਂਦਾ ਵੀ ਜਿਵੇਂ ਤੁਸੀਂ ਗਲੀਆਂ 'ਚ ਟੂਰਨਾਮੈਂਟ ਕਰਾਉਣੇ ਐਕਚੁਅਲੀ ਕਨਸੈਪਟ ਕੀ ਹੈ ਦੇਖੋ ਇਹ ਗਲੀ ਕ੍ਰਿਕਟ ਨਾਮ ਇਸ ਕਰਕੇ ਲਿਆ ਗਿਆ ਕਿਉਂਕਿ ਜਿਹੜੇ ਕਲੋਨੀਆਂ ਦੇ ਬੱਚੇ ਹੈ ਪਿੰਡਾਂ ਦੇ ਬੱਚੇ ਹੈ ਜਾਂ ਕੋਈ ਇਸ ਤਰ੍ਹਾਂ ਦੇ ਗਲੀਆਂ ਦੇ ਬੱਚੇ ਜਿਹੜੇ ਆਲਰੇਡੀ ਤੁਸੀਂ ਦੇਖੋ ਗਲੀਆਂ ਦੇ ਵਿੱਚ ਬੱਚੇ ਦਾ ਗਰਾਊਂਡਾਂ ਦੇ ਵਿੱਚ ਕ੍ਰਿਕਟ ਖੇਡਦੇ ਹੁੰਦੇ ਆ ਅਸੀਂ ਉਹ ਬੱਚੇ ਲੈਣੇ ਜਿਹੜੇ ਆਲਰੇਡੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਹਨ ਇਹ ਬੱਚਿਆਂ ਨੂੰ ਅਸੀਂ ਇਹਨਾਂ ਦਾ ਸਾਰੇ ਇਕੱਠੇ ਕਰਕੇ ਇੱਕ ਟੀਮਾਂ ਦਾ ਵੱਡਾ ਪੂਲ ਬਣਾ ਕੇ ਉਹਨਾਂ ਨੂੰ ਕੈਟਾਗਰੀ ਦੇ ਵਿੱਚ ਵੰਡ ਕੇ ਇਹਨਾਂ ਦੇ ਮੈਚ ਖਿਲਾਏ ਜਾਣਗੇ ਜਿਹੜਾ ਕਿ ਅਸੀਂ ਇਹਨੂੰ ਟੈਨਿਸ ਬਾਲ ਦੇ ਨਾਲ 10-10 ਓਵਰਾਂ ਦਾ ਮੈਚ ਖਿਲਾਵਾਂਗੇ ਓਕੇ ਟੈਨਿਸ ਬਾਲ ਨਾਲ ਟੈਨਿਸ ਬਾਲ ਦੇ ਨਾਲ ਜਦੋਂ ਬੱਚੇ ਥੋੜ੍ਹੇ ਜਿਹੇ ਕੁਛ ਨਜ਼ਰ ਆਉਣਗੇ ਸਾਡੇ UTC ਕ੍ਰਿਕਟ ਐਸੋਸੀਏਸ਼ਨ ਦੇ ਇਹ ਖਿਡਾਓਗੇ ਕਿੱਥੇ ਕਿਹੜੀਆਂ ਗਰਾਊਂਡਾਂ ਇਹ ਅਸੀਂ ਸਕੂਲਾਂ ਦੇ ਗਰਾਊਂਡ ਲਾਂਗੇ ਅਸੀਂ ਐਡਮਿਨਿਸਟ੍ਰੇਸ਼ਨ ਦੇ ਗਰਾਊਂਡ ਲਾਂਗੇ ਕਿਉਂਕਿ ਅਸੀਂ ਸੜਕਾਂ 'ਤੇ ਬੱਚਿਆਂ ਨੂੰ ਨਹੀਂ ਖਿਲਾ ਸਕਦੇ ਚੰਡੀਗੜ੍ਹ ਦੀ
ट्रैफिक नूं वी असीं डिस्टर्ब नहीं कर सकदे। तां इह इक स्कूलां दे ग्राउंड जिहड़े हैगे आ जां एडमिनिस्ट्रेशन दे कई ग्राउंड आ जां साडे यूटीसी दे अपने ग्राउंड आ, असीं उहनां ग्राउंडां दे विच इहनां बच्चिआं दा मैच करावांगे और चंडीगढ़ पुलिस दे सहयोग नाल होएगा। जदों इह बच्चिआं दे मैच दे विच जिहड़ियां टीमां जित के आणगीआं, असीं उहनां बच्चिआं नूं उहनां नूं फिर दुबारा मैच दे विच लास्ट तक लैके जावांगे। इस दौरान ਸਾਡੇ ਪ੍ਰਧਾਨ ਟੰਡਨ ਸੈਂਡਨ ਸਾਹਿਬ ਦੀ ਸੋਚ ਹੈ ਕਿ ਅਸੀਂ ਆਪਣੇ ਸਿਲੈਕਟਰ ਵਿੱਚ ਬਿਠਾਵਾਂਗੇ ਓਕੇ ਜਿਹੜੇ ਬੱਚੇ ਅੱਛੇ ਨਿਕਲ ਸਕਦੇ ਆ ਜਾਂ ਜਿਨ੍ਹਾਂ ਦੇ ਅੰਦਰ ਨੈਚੁਰਲ ਗੁਣ ਹੈਗੇ ਆ, ਅਸੀਂ ਉਹ ਬੱਚਿਆਂ ਨੂੰ ਟੰਡਨ ਸਾਹਿਬ ਆਪਣੇ ਨਾਲ ਉਹ ਲਾ ਲੈਣਗੇ ਔਰ ਉਹਨਾਂ ਨੂੰ ਇੱਕ ਸਾਲ ਡੇਢ ਸਾਲ ਦੋ ਸਾਲ ਟ੍ਰੇਨਿੰਗ ਦੇ ਕੇ ਉਹ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਮੋਟ ਕਰੇ। ਓਕੇ ਬਿਲਾ ਜੀ, ਇੱਕ ਇਹਦੇ 'ਚ ਗੱਲ ਆਉਂਦੀ ਹੈ ਜੇ ਚੰਡੀਗੜ੍ਹ ਪੁਲਿਸ ਨਾਲ ਲੱਗੀ ਹੈ, क्योंकि मैं कई साल चंडीगढ़ क्राइम रिपोर्टिंग की है, बड़ा उदों मन दुखदा सी जदों पुलिस वाले दस्या जांदा सी भी फलाना जिहड़ा माइनर है नाबालिग है उन्हूं पुलिस ने स्नैचिंग करदिआं फड़िया है जां चोरी करदिआं फड़िया है, तो उन्हें मकसद ये दस्या भी मैं चोरी करके मैं ड्रग अडिक्ट हो गया, ड्रग का गुलाम हो गया, तो नशे की पुड़ी का जुगाड़ करन लई मैं ਇਹ ਸਨੈਚਿੰਗ ਕੀਤੀ ਹੈ। ਮਤਲਬ ਇਹ ਤੁਹਾਡੇ ਦਿਮਾਗ 'ਚ ਕਿਤੇ ਵੀ ਇੱਦਾਂ ਦੇ ਪ੍ਰਵਾਹ ਚੱਲ ਰਿਹਾ ਉਹਨੂੰ ਰੋਕਣਾ? ਦੇਖੋ, ਇੱਦਾਂ ਮੈਂ ਕੁਛ ਟਰੱਸਟਾਂ ਦੇ ਨਾਲ ਵੀ ਜਾਂ ਸੁਸਾਇਟੀਆਂ ਨਾਲ ਵੀ ਜੁੜਿਆ ਜਿਹੜੇ ਆਲਰੇਡੀ ਇਸ ਪਿੰਡਾਂ ਦੇ ਵਿੱਚ ਜਾ ਕੇ ਪ੍ਰੋਜੈਕਟ ਕਰਦੇ ਹਾਂ, ਤਾਂ ਉਹਨਾਂ ਨੂੰ ਜਦੋਂ ਦੇਖਦੇ ਹੈ ਇਹ ਬੱਚੇ ਵਾਕਈ ਹੀ ਬੜੇ ਮਾੜੀ ਹਾਲਤ ਦੇ ਵਿੱਚ ਹਨ, ਅਸੀਂ ਉਹ ਬੱਚਿਆਂ ਨੂੰ ਕੋਸ਼ਿਸ਼ ਇਹੀ ਇਸ ਸਾਡਾ ਮਕਸਦ ਵੀ ਤਾਂ ਇਹੀ ਹੈ, ਚੰਡੀਗੜ੍ਹ ਪੁਲਿਸ ਦਾ ਵੀ ਮਕਸਦ ਇਹੀ ਹੈ ਕਿ ਇਹ ਬੱਚਿਆਂ ਨੂੰ ਦੂਜੀ ਡਾਇਰੈਕਸ਼ਨ ਦੇ ਦਿੱਤੀ ਜਾਏ। ਦੇਖੋ, ਤੁਸੀਂ ਨੋਟ ਕਰੋ, ਜਦੋਂ ਤੁਸੀਂ ਬੱਚੇ ਨੂੰ 14 ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਨੂੰ ਤੁਸੀਂ ਸੰਭਾਲ ਲੈਂਦੇ ਹੋ ਤਾਂ ਉਹ ਬੱਚੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਡਾਇਰੈਕਸ਼ਨ ਮਿਲ ਜਾਂਦੀ ਹੈ, ਉਹਨਾਂ ਨੂੰ ਉਸ ਡਾਇਰੈਕਸ਼ਨ 'ਤੇ ਤੁਰਨਾ ਸ਼ੁਰੂ ਹੋ ਜਾਂਦਾ, ਉਹਨਾਂ ਨੂੰ ਗਾਈਡਲਾਈਨ ਮਿਲ ਜਾਂਦੀ ਹੈ, ਉਹਨਾਂ ਦਾ ਮਾਇੰਡ ਵਾਸ਼ ਹੋ ਜਾਂਦਾ। ਮੈਨੂੰ ਯਾਦ ਹੈ ਸਾਡੇ ਇੱਕ ਬੜੇ ਸੀਨੀਅਰ IAS ਅਫਸਰ ਸੀ, ਉਹਨਾਂ ਦੇ ਬੱਚੇ 24 ਘੰਟੇ ਇੱਕ ਫੋਨ 'ਤੇ ਲੱਗੇ ਰਹਿੰਦੇ ਸੀ। ਉਹਨਾਂ ਦੇ ਦਿਮਾਗ 'ਚ ਇੱਕ ਦਿਨ ਗੱਲ ਆਈ ਕਿ ਕਿਉਂ ਨਾ ਇਹਨਾਂ ਨੂੰ ਆਪਾਂ 16 ਦੇ ਸਟੇਡੀਅਮ ਦੇ ਵਿੱਚ ਕ੍ਰਿਕਟ ਖਿੱਤੇ ਲਾ ਦਈਏ ਜੇ। ਉਹੀ ਗੱਲ ਹੋਈ, ਉਹਨਾਂ ਦਾ ਸੁਭਾਅ ਉਸ ਦੌਰਾਨ ਚਿੜਚਿੜਾ ਹੋ ਗਿਆ ਸੀ। ਜਦੋਂ 16 ਦੇ ਵਿੱਚ ਖੇਡਣ ਆਏ, ਉਹਨਾਂ ਨੂੰ ਐਟੀਕੇਟ ਮਿਲੇ, ਪੈਦੀ ਹੱਥ ਲਾਉਣਾ, ਉਹੀ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਥੱਕ ਜਾਣਾ, ਘਰ ਜਾਣਾ ਜੀ, ਮੈਨੂੰ ਰੋਟੀ ਖਿਲਾਓ, ਦੁੱਧ ਪਿਲਾਓ, ਤਾਕਤ ਵਾਲੀ ਚੀਜ਼ ਦਿਓ ਜੀ, ਥੱਕ ਗਏ ਅਸੀਂ, ਅਤੇ ਪੜ੍ਹਨਾ ਫਿਰ ਸੌ ਜਾਣਾ। ਉਹਨਾਂ ਦਾ ਧਿਆਨ ਡਿਵਰਟ ਹੋ ਗਿਆ, ਅੱਜ ਉਹ ਬਹੁਤ ਬੜੇ ਅਫਸਰ ਬਣੇ ਹੋਏ ਹੋ ਬੱਚੇ। ਪਰ ਮੈਂ ਤੁਹਾਨੂੰ ਇੱਕ ਦੁਖਦ ਗੱਲ ਵੀ ਦੱਸਦਾ, ਮੈਨੂੰ ਯਾਦ ਆ ਗਈ, ਪੁਰਾਣੀ ਗੱਲ ਹੈ, ਸੈਕਟਰ 15 'ਚ ਇੱਕ 62 ਸਾਲ ਦੀ ਵਿਡੋ ਸੀ, ਉਹਦਾ ਮਰਡਰ ਹੋ ਗਿਆ। ਆਇਡੈਂਟੀਫਾਈ ਜਦੋਂ ਸਾਰੀ ਗੱਲ ਪੁਲਿਸ ਨੇ ਛਾਣਬਣ ਕੀਤੀ ਤਾਂ ਉਹਦੇ 'ਚ ਆਇਆ ਵੀ ਇਹ ਲੁੱਟ ਦੇ ਮਕਸਦ ਨਾਲ ਜਿਹੜਾ ਆ ਇਹ ਮਰਡਰ ਹੋਇਆ। ਜਦੋਂ ਪੋਸਟਮਾਰਟਮ ਲੇਡੀ ਦਾ ਕੀਤਾ ਤਾਂ ਫਿਰ ਇਹ ਵੀ ਗੱਲ ਆਈ ਵੀ ਇਹਦੇ ਨਾਲ ਰੇਪ ਵੀ ਹੋਇਆ। ਫਿਰ ਜਿਹੜੇ ਅਕਿਊਜ਼ ਫੜੇ, ਇਹ ਮੁਲਜ਼ਮ ਫੜੇ ਸੀ, ਉਹ 14-14, 15-15 ਸਾਲਾਂ ਦੇ ਸੀ। ਉਹਨਾਂ ਨੇ ਇਕਬਾਲ ਕੀਤਾ ਵੀ ਅਸੀਂ ਕਰੈਕਸ਼ਨ ਫਲਿਊਡ ਜਿਹੜਾ ਹੁੰਦਾ ਨਸ਼ਾ ਲੈਂਦੇ ਹਾਂ ਉਹ ਲੈ ਕੇ, ਅਤੇ ਇਸ ਵਿਡੋ ਦੇ ਘਰ ਵੜੇ ਸੀ, ਪਹਿਲਾਂ ਲੁੱਟਿਆ ਅਤੇ ਫਿਰ ਡੈੱਡ ਬੋਡੀ ਨਾਲ ਰੇਪ ਕੀਤਾ। ਭਾਵ ਇਹ ਵੀ ਤੁਸੀਂ ਇਹ ਬੁਰਾਈਆਂ ਜਿਹੜੀਆਂ ਨੇ ਉਹਨੂੰ ਖਤਮ ਕਰਕੇ ਅਤੇ ਕ੍ਰਿਕਟ ਵਾਲੇ ਪਾਸੇ ਇਹਨਾਂ ਦਾ ਧਿਆਨ ਦਿਵਾਉਣਾ ਚਾਹੁੰਦੇ? ਮਕਸਦ ਇਹੀ ਹੈ ਚੰਡੀਗੜ੍ਹ ਪੁਲਿਸ ਦਾ ਵੀ ਕਿ ਅਪਰਾਧ ਵਾਲੇ ਪਾਸੇ ਬੱਚੇ ਨਾ ਜਾਣ, ਇਹਨਾਂ ਨੂੰ ਇੱਕ ਦੇਖੋ, ਤੁਸੀਂ ਕਿਸੇ ਬੱਚੇ ਦਾ ਜਦੋਂ ਮਾਇੰਡ ਵਾਸ਼ ਕਰ ਦਿੰਦੇ ਹੋ ਨਾ, ਉਹਨੂੰ ਤੁਸੀਂ ਡਾਇਰੈਕਸ਼ਨ ਦੇ ਦਿੰਦੇ ਹੋ, ਤਾਂ ਤੁਸੀਂ ਕੁਛ ਨਾ ਕੁਛ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਰੇ ਹਿੰਦੁਸਤਾਨ ਨੂੰ ਸੁਧਾਰ ਦਿਓਗੇ, ਜੇ ਚੰਡੀਗੜ੍ਹ ਦੇ ਤੁਸੀਂ 10 ਬੱਚੇ ਵੀ ਸੁਧਾਰਤੇ ਜਾਂ 20 ਸੁਧਾਰਤੇ ਜਾਂ ਥੋੜ੍ਹੀ ਜਿਹੀ ਸੁਸਾਇਟੀ ਦੇ ਇੱਕ ਕਲੋਨੀ ਦੇ ਵਿੱਚ ਇੱਕ ਥੋੜ੍ਹੇ ਜਿਹੇ ਬੱਚੇ ਸੁਧਾਰਤੇ, ਤਾਂ ਸਮਝ ਲਓ ਤੁਸੀਂ ਇੱਕ ਦੇਸ਼ ਦੇ ਬਹੁਤ ਵਧੀਆ ਭਵਿੱਖ ਵਾਲੇ ਬੱਚੇ ਬਣਾਤੇ। ਅਤੇ ਤੁਸੀਂ ਜਿਹੜੀ, ਕਿਉਂਕਿ ਅੱਜ ਕੱਲ੍ਹ ਤਾਂ ਮਹਿੰਗਾਈ ਬਹੁਤ ਆ, ਬੈਟ ਬੜੇ ਮਹਿੰਗੇ ਨੇ, ਬੋਲ ਹੋ ਗਏ, ਉਹਨਾਂ ਦੀਆਂ ਕਿੱਟਾਂ ਸਾਰਾ, ਉਹਨਾਂ ਦਾ ਰਿਫਰੈਸ਼ਮੈਂਟ ਦਾ ਸਾਰਾ ਅਰੇਂਜਮੈਂਟ ਉਹ ਐਸੋਸੀਏਸ਼ਨ ਕਰੇ? ਦੇਖੋ, ਐਸੋਸੀਏਸ਼ਨ ਦਾ ਜਿੰਨਾ ਵੀ ਇੰਫਰਾਸਟ੍ਰਕਚਰ ਹੈਗਾ, ਗਰਾਊਂਡ ਦੀ ਬੁਕਿੰਗ, ਈਵਨ ਕਿ ਉਹ ਕ੍ਰਿਕਟਸ ਦਾ ਸਾਰਾ ਸਮਾਨ, ਅੰਪਾਇਰ, ਜੋ ਵੀ ਇਸ ਤੋਂ ਇਲਾਵਾ ਜਿੰਨਾ ਵੀ ਉੱਥੇ ਉੱਥੇ ਜਿੰਨਾ ਵੀ ਇੰਤਜ਼ਾਮ ਹੋਏਗਾ ਜਾਂ ਗਰਾਊਂਡ ਦੀ ਕੋਈ ਚਾਰਜਿੰਗ ਹੋਏਗੀ ਜਾਂ ਕੁਛ ਵੀ, ਇਸ ਤੋਂ ਇਲਾਵਾ ਵੀ ਬੱਚਿਆਂ ਨੂੰ ਟਰੈਕ ਸੂਟ ਵਗੈਰਾ ਜੋ ਵੀ ਕਿੱਟਸ ਵਗੈਰਾ ਉਹ ਸਾਰੀ UTCA ਪ੍ਰੋਵਾਈਡ ਕਰੇਗੀ।
ਅਤੇ ਔਰ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਅਸੀਂ ਟਾਰਗੇਟ ਲਾਂਗੇ ਔਰ ਕੋਸ਼ਿਸ਼ ਹੈ ਕਿ ਅਸੀਂ ਇਸਨੂੰ ਸਕਸੈਸ ਕਰਕੇ ਸਰ। ਮਿਹਰਬਾਨੀ ਜੀ। ਸੋ ਹੁਣ ਤੁਸੀਂ ਚੰਡੀਗੜ੍ਹ 'ਚ ਗਲੀ ਕ੍ਰਿਕਟ ਟੂਰਨਾਮੈਂਟ ਦੇਖੋਗੇ। ਗਲੀ ਕ੍ਰਿਕਟ ਟੂਰਨਾਮੈਂਟ ਇਹ ਹੋਊਗਾ ਵੀ ਜਿਹੜੇ ਗਲੀਆਂ 'ਚ ਰੁਲਦੇ ਜਾਂ ਬੁਰਾਈਆਂ ਵਾਲੇ ਪਾਸੇ ਜਾ ਰਿਹਾ ਯੂਥ ਹੈ ਸਾਡਾ, ਉਹਨੂੰ ਹੁਣ ਉਹਨਾਂ ਦੇ ਹੱਥਾਂ ਵਿੱਚ ਬਾਲ ਅਤੇ ਕ੍ਰਿਕਟ ਦਾ ਜਿਹੜਾ ਬੱਲਾ ਫੜਾਉਣ ਦਾ ਜਿਹੜਾ ਇੱਕ ਉਪਰਾਲਾ ਕੀਤਾ ਆ UT ਕ੍ਰਿਕਟ ਐਸੋਸੀਏਸ਼ਨ ਨੇ।